ਹਾਂਜੀ ਸਤਿ ਸ਼੍ਰੀ ਅਕਾਲ, ਵੈਲਕਮ ਹੈ ਜੀ ਸਾਰੇ ਹੀ ਪਿਆਰੇ ਪੀ ਐੱਸ ਟੈਟ ਵਾਲੇ ਵਿਦਿਆਰਥੀਆਂ ਦਾ ਇਸ ਖਾਸ ਅਹਿਮ ਸੈਸ਼ਨ ਦੇ ਵਿੱਚ, ਜੋ ਕਿ ਹੈ ਜੀ 30 ਡੇਜ਼ ਚੈਲੰਜ ਫੋਰ ਪੰਜਾਬੀ ਪੈਡਾਗੋਗੀ। ਤਾਂ ਅੱਜ ਜਿਹੜਾ ਆਪਣਾ ਸੈਸ਼ਨ ਲੱਗ ਰਿਹਾ ਜੀ, ਉਹ ਸੈਸ਼ਨ ਨੰਬਰ 2 ਲੱਗ ਰਿਹਾ ਹੈਗਾ ਜੀ, ਔਰ ਇਹ ਜਿਹੜੀ ਕਲਾਸ ਹੈ ਇਹ ਡੇਲੀ ਲੱਗਿਆ ਕਰੇਗੀ, ਰੋਜ਼ਾਨਾ ਲੱਗਿਆ ਕਰੇਗੀ, ਅਤੇ ਟਾਈਮ ਜਿਹੜਾ ਹੋਏਗਾ ਇਸਦਾ ਉਹ 6 AM ਹੋਏਗਾ। ਤਾਂ ਕਲਾਸ ਰੋਜ਼ਾਨਾ ਲੱਗਿਆ ਕਰੇਗੀ, ਡੇਲੀ ਲੱਗਿਆ ਕਰੇਗੀ, ਔਰ ਪੰਜਾਬੀ ਪੈਡਾਗੋਗੀ ਜਿਹੜੀ ਹੈ ਜੀ ਉਹ ਵਿਸ਼ੇਸ਼ ਤੌਰ 'ਤੇ ਕਰਵਾਈ ਜਾਏਗੀ। ਔਰ ਨਾਮ ਹੀ 30 ਡੇ ਚੈਲੰਜ ਹੈ, ਤਾਂ 30 ਦਿਨਾਂ ਦੇ ਵਿੱਚ ਸੰਪੂਰਨ ਪੰਜਾਬੀ ਪੈਡਾਗੋਗੀ ਤੁਹਾਨੂੰ ਵਿਦ MCQs ਦੇ ਜ਼ਰੀਏ ਹੀ ਆਪਾਂ ਪੂਰੀ ਕਰਵਾ ਦੇਣੀ ਹੈ, ਠੀਕ ਹੈ ਜੀ। ਤਾਂ ਜਿਹੜੇ ਵਿਦਿਆਰਥੀ PSTET ਦੀ ਤਿਆਰੀ ਕਰ ਰਹੇ ਆ, CTET ਔਰ ਰੀਟ ਜਿਹਦੇ ਵਿੱਚ ਉਹ ਪੰਜਾਬੀ ਲੈਂਗੁਏਜ ਚੂਜ਼ ਕਰਦੇ ਆ, ਤਾਂ ਸਾਰੇ ਵਿਦਿਆਰਥੀ ਇਸ ਕਲਾਸ ਦਾ ਆਨੰਦ ਲੈ ਸਕਦੇ ਆ। ਤੁਸੀਂ ਵੀ ਭਾਈ ਕੰਜੂਸੀ ਨਹੀਂ ਕਰਨੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੇ, ਲਾਈਕ ਕਰ ਦਿਆ ਜੇ, ਕਮੈਂਟ ਕਰ ਦਿਆ ਜੇ, ਤਾਂ ਜੋ ਹਰ ਇੱਕ ਵਿਦਿਆਰਥੀ PSTET ਵਾਲੇ ਵਿਦਿਆਰਥੀ ਤੱਕ ਇਹ ਵੀਡੀਓ ਪਹੁੰਚ ਸਕੇ ਜਿਹਦੀ ਪੰਜਾਬੀ ਪੈਡਾਗੋਗੀ ਤੋਂ ਡਰ ਲੱਗਦਾ, ਵੀਕ ਹੈ ਜਿਹਦੀ, ਠੀਕ ਹੈ ਜੀ। ਤਾਂ ਆਓ ਸ਼ੁਰੂ ਕਰੀਏ ਪੰਜਾਬੀ ਪੈਡਾਗੋਗੀ। ਔਰ ਜਿਹੜੇ ਵਿਦਿਆਰਥੀ PSTET ਦੇ ਬੈਚ ਲੈਣਾ ਚਾਹੁੰਦੇ ਆ, ਤਾਂ ਬੈਚ ਆ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ ਜੀ, ਔਨਲਾਈਨ ਅਤੇ ਆਫਲਾਈਨ ਦੋਨੋਂ ਮੋਡ ਦੇ ਵਿੱਚ। ਤਾਂ ਤੁਸੀਂ ਸਾਡੇ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ, ਠੀਕ ਹੈ ਜੀ। ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਟੋਪਿਕ। ਸੋ ਅੱਜ ਦੇ ਪ੍ਰਸ਼ਨ ਹੈਗੇ ਆ ਜੀ, ਤਾਂ ਸਭ ਤੋਂ ਪਹਿਲਾ ਪ੍ਰਸ਼ਨ, ਸਕੂਲਾਂ ਕਾਲਜਾਂ ਵਿੱਚ ਇਸ ਕਲਾ ਦਾ ਵਿਕਾਸ ਕਰਨ ਦੇ ਅਨੇਕਾਂ ਮੌਕੇ ਮਿਲਦੇ ਹਨ, ਵਾਕ ਵਿੱਚ ਸਕੂਲਾਂ ਸ਼ਬਦ ਕੀ ਹੈ? ਤਾਂ ਇਹ ਪ੍ਰਸ਼ਨ ਭਾਵੇਂ ਭਾਸ਼ਾ ਦੇ ਪੱਖ ਤੋਂ ਠੀਕ ਹੈ ਜੀ, ਪਰ ਹੈ ਬੜਾ ਮਹੱਤਵਪੂਰਨ। ਇਹ ਪੇਪਰ 'ਚ ਤੁਹਾਨੂੰ ਸਵਾਲ ਭਾਸ਼ਾ ਦੇ ਵੀ ਆਉਣੇ ਆ, ਤੁਹਾਡੀ 30 ਨੰਬਰ ਦੀ ਤੁਹਾਡੀ 30 ਨੰਬਰ ਦੀ ਪੰਜਾਬੀ ਹੈਗੀ ਹੈ ਨਾ PSTET ਦੇ ਵਿੱਚ, ਠੀਕ ਹੈ, ਜਿਹਦੇ ਵਿੱਚੋਂ 15 ਨੰਬਰ ਤਾਂ ਤੁਹਾਡੇ ਵਾਰਤਕ ਅਤੇ ਕਵਿਤਾ, ਇੱਕ ਕਵਿਤਾ ਦਾ ਪਹਿਰਾ ਆਉਣਾ, ਇੱਕ ਵਾਰਤਕ ਦਾ ਪਹਿਰਾ ਆਉਣਾ, 15 ਨੰਬਰ ਤਾਂ ਉਹਨੇ ਲੈ ਜਾਣੇ, ਬਾਕੀ ਬੱਚੇ 15 ਨੰਬਰ। ਤਾਂ ਇਹਦੇ ਵਿੱਚੋਂ ਬਈ ਘੱਟੋ ਘੱਟ 10 ਨੰਬਰ ਤੁਹਾਡੇ ਪੈਡਾਗੋਗੀ ਤਾਂ ਪੱਕੀ ਆਉਣੀ ਹੀ ਆਉਣੀ ਹੈ, ਅਤੇ 5 ਨੰਬਰ ਦੀ ਤੁਹਾਨੂੰ ਭਾਸ਼ਾ ਯਾਨੀ ਕਿ ਗ੍ਰਾਮਰ ਯਾਨੀ ਕਿ ਪੰਜਾਬੀ ਦੇ ਵਿੱਚ ਵਿਆਕਰਨ ਵੀ ਆਉਣੀ ਹੀ ਆਉਣੀ ਹੈਗੀ ਆ। ਤਾਂ ਇਹ ਤੁਸੀਂ ਆਪਣਾ ਕ੍ਰਿਟੀਰੀਆ ਤਿਆਰ ਕਰ ਲਓ ਕਿ 15 ਨੰਬਰ ਵਾਰਤਕ ਅਤੇ ਕਵਿਤਾ ਦੇ ਪਹਿਰੇ ਅਤੇ ਕਾਵਿ ਟੋਟੇ ਨੇ ਲੈ ਜਾਣੇ ਆ, 10 ਨੰਬਰ ਪੈਡਾਗੋਗੀ ਅਤੇ 5 ਭਾਸ਼ਾ, ਟੋਟਲ 30 ਨੰਬਰ। ਅਤੇ ਆਪਾਂ 30ਆਂ 'ਚੋਂ 30 ਲੈਣੇ ਆ, 28 ਨਹੀਂ 29 ਨਹੀਂ, ਠੀਕ ਹੈ ਨਾ। ਤਾਂ ਇਹ ਤੁਸੀਂ ਮੰਨ ਕੇ ਚੱਲੋ। ਤਾਂ ਬਈ ਇਸ ਪ੍ਰਸ਼ਨ ਦਾ ਉੱਤਰ ਕੀ ਆਏਗਾ? ਇਸ ਪ੍ਰਸ਼ਨ ਦਾ ਉੱਤਰ ਆਏਗਾ ਜੀ ਬਹੁਵਚਨ। ਤਾਂ ਇਹ ਬਈ ਪੰਜਾਬੀ ਭਾਸ਼ਾ ਦਾ ਬਹੁਵਚਨ ਹੈ, ਠੀਕ ਹੈ। ਭਾਸ਼ਾ ਦੇ ਜਿਹੜੇ ਸਿਧਾਂਤਕ ਯਾਨੀ ਕਿ ਥਿਊਰੀ ਪੱਖ ਤੋਂ ਜਿਹੜੇ ਸੈਸ਼ਨ ਹੈ PSTET ਦੇ ਲਈ, ਉਹ ਵੀ ਜ਼ਰੂਰ ਲਗਾਵਾਂਗਾ, ਉਹ ਵੀ ਆਉਣ ਵਾਲੇ ਦਿਨਾਂ 'ਚ ਦੇਖ ਸਕਦੇ ਹੋ। 11:30 YouTube 'ਤੇ ਕਲਾਸ ਇੱਕ ਹੋਰ ਹੁੰਦੀ ਹੈ ਜਿਹਦੇ ਵਿੱਚ ਨਿਰੋਲ ਭਾਸ਼ਾ ਦੇ ਪ੍ਰਸ਼ਨ ਹੀ ਕਰਵਾਏ ਜਾਣਗੇ, ਠੀਕ ਹੈ। ਤਾਂ ਉਹ ਵੀ ਕਲਾਸ ਤੁਸੀਂ ਮਿਸ ਨਹੀਂ ਕਰਨੀ, ਅਤੇ ਇਹ ਵੀ ਨਹੀਂ ਮਿਸ ਕਰਨੀ ਗੀ। ਤਾਂ ਸਭ ਤੋਂ ਦੂਜਾ ਪ੍ਰਸ਼ਨ ਦੇਖੋ ਕਿ ਲਿਖਣਾ ਸਿਖਾਉਣ ਲਈ ਸ਼ਬਦ ਰਚਨਾ ਅਤੇ ਵਾਕ ਰਚਨਾ ਦੀ ਅਵਸਥਾ ਕਿਹੜਾ ਸਥਾਨ ਹੈ? ਬਈ ਲਿਖਣਾ ਸਿਖਾਉਣ ਦੀਆਂ ਅਵਸਥਾਵਾਂ ਦੀ ਗਿਣਤੀ ਕਿੰਨੀ ਹੈ? 4। ਤਾਂ ਉਹਦੇ ਵਿੱਚੋਂ ਸ਼ਬਦ ਰਚਨਾ ਅਤੇ ਵਾਕ ਰਚਨਾ ਦਾ ਕਿੰਨਵਾਂ ਸਥਾਨ ਆਉਂਦਾ ਹੈਗਾ? ਤਾਂ ਕਿੰਨਵਾਂ ਸਥਾਨ ਆਉਂਦਾ ਪਿਆਰੇ ਵਿਦਿਆਰਥੀਓ? 3ਜਾ ਸਥਾਨ ਆਉਂਦਾ ਹੈਗਾ ਜੀ। ਕਿੰਨਵਾਂ ਸਥਾਨ ਆਉਂਦਾ ਹੈਗਾ? 3ਜਾ। ਅਤੇ ਫਿਰ ਪਹਿਲਾ ਸਥਾਨ ਕਿਹਨੂੰ ਮਿਲਿਆ? ਪਹਿਲਾ ਸਥਾਨ ਮਿਲਿਆ ਹੈਗਾ ਤਿਆਰੀ ਨੂੰ, ਕਿ ਪਹਿਲੀ ਅਵਸਥਾ 'ਚ ਕੇਵਲ ਬੱਚੇ ਨੂੰ ਇਨਵਾਇਰਮੈਂਟ ਕ੍ਰੀਏਟ ਕੀਤਾ ਜਾਂਦਾ, ਤਿਆਰੀ ਕਰਵਾਈ ਜਾਂਦੀ ਹੈ। ਦੂਜੀ ਅਵਸਥਾ 'ਚ ਕੀ ਕਰਵਾਇਆ ਜਾਂਦਾ?
ਦੂਜੀ ਅਵਸਥਾ ਦੇ ਵਿੱਚ ਅੱਖਰ ਸਿਖਾਏ ਜਾਂਦੇ ਆ, ਯਾਨੀ ਕਿ ਸੰਪੂਰਨ ਵਰਨਮਾਲਾ ਸਿਖਾਈ ਜਾਂਦੀ ਹੈ। ਤੀਜੀ ਅਵਸਥਾ ਦੇ ਵਿੱਚ ਸ਼ਬਦ ਰਚਨਾ ਅਤੇ ਵਾਕ ਰਚਨਾ ਆ ਜਾਏਗੀ। ਅਤੇ ਚੌਥੀ ਅਵਸਥਾ ਦੇ ਵਿੱਚ ਕੀ ਹੋਏਗਾ, ਚੌਥੀ ਅਵਸਥਾ ਦੇ ਵਿੱਚ ਬੱਚਾ ਆਦਰਸ਼ ਨਮੂਨੇ ਲਿਖੇਗਾ। ਫਿਰ ਪ੍ਰੈਕਟਿਸ ਐਂਡ ਪ੍ਰੈਕਟਿਸ ਅਭਿਆਸ ਹੀ ਆਏਗਾ ਚੌਥੀ ਦੇ ਵਿੱਚ। ਠੀਕ ਹੈ ਜੀ, ਤਾਂ ਚਾਰ ਅਵਸਥਾਵਾਂ ਹੈਗੀਆਂ, ਅਤੇ ਇਹਦਾ ਕੀ ਕਿੰਨਵਾਂ ਨੰਬਰ ਹੈ ਜੀ ਸ਼ਬਦ ਰਚਨਾ ਅਤੇ ਵਾਕ ਰਚਨਾ ਦਾ? ਤੀਜਾ ਸੀ ਉੱਤਰ ਆਵੇਗਾ। ਅਗਲਾ ਪ੍ਰਸ਼ਨ ਦੇਖੋ ਜੀ, ਵੀ ਬੱਚੇ ਨੂੰ ਨਾਵਲ ਦੀ ਸਿੱਖਿਆ ਕਿਹੜੇ ਪੱਧਰ 'ਤੇ ਦਿੱਤੀ ਜਾਂਦੀ ਹੈ? ਸਾਡੀ ਸਿੱਖਿਆ ਪੱਧਰਾਂ 'ਤੇ ਵੰਡੀ ਹੋਈ ਹੈ, ਹਰ ਪੱਧਰ 'ਤੇ ਸਿੱਖਿਆ ਦੇ ਉਦੇਸ਼ ਵੱਖਰੇ ਵੱਖਰੇ ਹੈ, ਤਾਂ ਸਾਡਾ ਜਿਹੜਾ ਨਾਵਲ ਹੈ ਖਾਸ ਤੌਰ 'ਤੇ, ਇਹਦੀ ਸਿੱਖਿਆ ਕਿਹੜੇ ਪੱਧਰ 'ਤੇ ਦਿੱਤੀ ਜਾ ਸਕਦੀ ਹੈ? ਕੀ ਪ੍ਰਾਇਮਰੀ 'ਤੇ? ਨਹੀਂ, ਪ੍ਰਾਇਮਰੀ 'ਤੇ ਕੇਵਲ ਕਹਾਣੀਆਂ ਅਤੇ ਕਵਿਤਾਵਾਂ ਹੁੰਦੀਆਂ, ਐਲੀਮੈਂਟਰੀ ਪੱਧਰ 'ਤੇ ਵੀ ਕਹਾਣੀਆਂ ਕਵਿਤਾਵਾਂ ਅਤੇ ਹਲਕੇ ਫੁਲਕੇ ਵਾਰਤਕ ਦੇ ਵਿਸ਼ੇ ਲੱਗ ਜਾਂਦੇ ਆ। ਨਾਵਲ ਦੀ ਕੇਵਲ ਅਤੇ ਕੇਵਲ ਮੈਟ੍ਰਿਕ ਪੱਧਰ ਯਾਨੀ ਕਿ ਦਸਵੀਂ ਜਾਂ ਦਸਵੀਂ ਤੋਂ ਅਵੱਬ ਯਾਨੀ ਕਿ ਪਲੱਸ 1 ਅਤੇ ਪਲੱਸ 2 ਦੇ ਪੱਧਰਾਂ 'ਤੇ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਤਾਂ ਸਹੀ ਉੱਤਰ ਇਹ ਆਵੇਗਾ, ਇਹ ਵੀ ਧਿਆਨ 'ਚ ਰੱਖਿਆ ਜੇ। ਅਗਲਾ ਪ੍ਰਸ਼ਨ ਦੇਖੋ ਜੀ, ਕਵਿਤਾ ਪੜ੍ਹਾਉਣ ਸਮੇਂ ਖੇਡ ਲਿਖਿਆ ਵਿੱਚੋਂ ਕਿਹੜਾ ਸਭ ਤੋਂ ਮਹੱਤਵਪੂਰਨ? ਕਿ ਤੁਸੀਂ ਇੱਕ ਟੀਚਰ ਹੋ, ਤੁਸੀਂ ਕਲਾਸ ਦੇ ਵਿੱਚ ਕਵਿਤਾ ਪੜ੍ਹਾ ਰਹੇ ਹੋ, ਤਾਂ ਤੁਸੀਂ ਕਿਹੜੀ ਗੱਲ ਨੂੰ ਸਭ ਤੋਂ ਵੱਧ ਧਿਆਨ ਦਿਓਗੇ? ਕਿ ਹਰ ਕਵਿਤਾ ਦਾ ਇੱਕ ਨਿਸ਼ਚਿਤ ਅਰਥ ਹੁੰਦਾ ਹੈਗਾ? ਹੁੰਦਾ ਬਈ। ਕੀ ਕਵਿਤਾ ਇੱਕ ਤੋਂ ਵੱਧ ਅਰਥ ਵੀ ਹੁੰਦੇ ਆ? ਹੁੰਦੇ ਆ। ਕਵਿਤਾ ਸਮਾਜਿਕ ਮਸਲਿਆਂ ਨੂੰ ਪ੍ਰਤੀਬਿੰਬ ਨਹੀਂ ਕਰਦੀ, ਇਹ ਤਾਂ ਗੱਲ ਹੀ ਗਲਤ ਹੈ, ਪ੍ਰਤੀਬਿੰਬ ਤਾਂ ਕਰਦੀ ਆ, ਸਗੋਂ ਦੀ ਕਵਿਤਾ ਤਾਂ ਹੁੰਦਾ ਹੀ, ਸਾਹਿਤ ਤਾਂ ਹੁੰਦਾ ਹੀ ਸਮਾਜ ਦਾ ਸ਼ੀਸ਼ਾ ਹੈਗਾ। ਠੀਕ ਹੈ, ਕਵਿਤਾ ਕਿਸੇ ਵੀ ਭਾਵਕ ਪੱਖ ਨੂੰ ਪ੍ਰਤੀਬਿੰਬ ਨਹੀਂ ਕਰਦੀ, ਤਾਂ ਇਹ ਵੀ ਕੈਸੀ ਗੱਲ ਹੈ ਜਿਹਦੇ 'ਚ ਭਾਵ ਹੀ ਹੈ ਨਹੀਂ, ਫਿਰ ਉਹ ਕਵਿਤਾ ਕਾਹਦੀ? ਤਾਂ ਬੀ ਅਤੇ ਡੀ ਤਾਂ ਵੈਸੇ ਹੀ ਆਪਸ਼ਨਾਂ ਜਾਲੀ ਜਿਹੀਆਂ ਹੋ ਗਈਆਂ। ਗੱਲ ਰਹਿ ਗਈ ਏ ਅਤੇ ਬੀ 'ਚ, ਤਾਂ ਬੀ ਦਾ ਉੱਤਰ ਬਿਲਕੁਲ ਠੀਕ ਆਏਗਾ ਕਿ ਇੱਕ ਜਿਹੜੀ ਕਵਿਤਾ ਉਹਦੇ ਇੱਕ ਤੋਂ ਵੱਧ ਅਰਥ ਹੁੰਦੇ ਆ, ਇੱਕ ਤਾਂ ਉਹਦੇ ਦਿਸ ਰਹੇ ਅਰਥ ਹੁੰਦੇ ਆ ਅਤੇ ਇੱਕ ਉਹਦੇ ਸੰਭਾਵੀ ਅਰਥ ਹੁੰਦੇ ਆ ਜੋ ਪ੍ਰਤੀਬਿੰਬਤ ਹੁੰਦੇ ਆ ਕਵੀ ਦੇ ਸ਼ਬਦਾਂ 'ਚ। ਤਾਂ ਸਭ ਤੋਂ ਵੱਧ ਮਹੱਤਤਾ ਇਸ ਗੱਲ ਨੂੰ ਦੇਣੀ ਚਾਹੀਦੀ ਹੈ ਕਿ ਇਸ ਦਾ ਕੋਈ ਹੋਰ ਮੀਨਿੰਗ ਵੀ ਹੋ ਸਕਦਾ ਅਤੇ ਉਹੀ ਕਵਿਤਾ ਦਾ ਅਸਲ ਮੀਨਿੰਗ ਹੁੰਦਾ ਹੈਗਾ। ਠੀਕ ਹੈ ਜੀ, ਤਾਂ ਬੀ ਉੱਤਰ ਬਿਲਕੁਲ ਠੀਕ ਆਏਗਾ ਏ ਦੇ ਮੁਕਾਬਲੇ। ਅੱਗੇ ਦੇਖੋ ਜੀ, ਹੇਠ ਲਿਖਿਆ ਵਿੱਚੋਂ ਕਿਹੜਾ ਪਾਠ ਪੁਸਤਕ ਦੀਆਂ ਅੰਦਰੂਨੀ ਵਿਸ਼ੇਸ਼ਤਾਵਾਂ ਦਾ ਹਿੱਸਾ ਨਹੀਂ ਹੈ? ਪਾਠ ਪੁਸਤਕ ਦੀਆਂ ਵਿਸ਼ੇਸ਼ਤਾਵਾਂ ਨੂੰ ਦੋ ਭਾਗਾਂ 'ਚ ਵੰਡਦੇ ਹਾਂ, ਅੰਦਰੂਨੀ ਅਤੇ ਬਾਹਰੀ। ਤਾਂ ਬਈ ਵਿਸ਼ਾ ਸ਼ੈਲੀ ਅਤੇ ਭਾਸ਼ਾ, ਇਹ ਤਾਂ ਅੰਦਰੂਨੀ ਪੱਖ ਪੁੱਛਿਆ ਕੀ ਹੈ ਕਿ ਕਿਹੜਾ ਨਹੀਂ ਗਾ, ਤਾਂ ਕਾਗਜ਼ 'ਤੇ ਛਪਾਈ ਇਹ ਕਿਹੜੀਆਂ ਹੁੰਦੀਆਂ? ਇਹ ਹੁੰਦੀਆਂ ਬਾਹਰੀ। ਤਾਂ ਸਹੀ ਉੱਤਰ ਕੀ ਆਵੇਗਾ? ਡੀ ਆਵੇਗਾ। ਠੀਕ ਹੈ ਜੀ, ਤਾਂ ਇਹ ਹੈ ਜੀ ਸਾਡੇ ਅੱਜ ਦੇ ਪ੍ਰਸ਼ਨ। ਸੋ ਉਮੀਦ ਕਰਦਾ ਕਿ ਇਹਨਾਂ ਸੈਸ਼ਨਾਂ ਨਾਲ ਤੁਹਾਡੀ ਪੰਜਾਬੀ ਪੈਡਾਗੋਗੀ ਦੀ ਟੈਨਸ਼ਨ ਤਾਂ ਖਤਮ ਹੋ ਜਾਏਗੀ, ਭਾਸ਼ਾ ਦੀ ਟੈਨਸ਼ਨ 11:30 ਵਾਲੀ ਕਲਾਸ ਦੇ ਵਿੱਚ ਖਤਮ ਹੋ ਜਾਏਗੀ। ਠੀਕ ਹੈ, ਬਾਕੀ ਸਬਜੈਕਟਾਂ ਬਾਰੇ ਤੁਸੀਂ ਆਪ ਜਾਣੀ ਜਾਣੋ। ਠੀਕ ਹੈ ਜੀ, ਸੋ ਤੁਸੀਂ ਕਿਸੇ ਵੀ ਪ੍ਰਕਾਰ ਦੀ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਸਾਡੇ ਇਹਨਾਂ ਤੁਸੀਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਡੇ ਨਾਲ ਜੁੜ ਸਕਦੇ ਹੋ, ਸਾਰੇ ਦੇ ਸਾਰੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਠੀਕ ਹੈ ਜੀ, ਬਾਕੀ ਤੁਹਾਡਾ ਕੋਈ ਵੀ ਡਾਊਟ ਹੁੰਦਾ, ਠੀਕ ਹੈ, ਤਾਂ ਤੁਸੀਂ ਸਾਡੇ ਇਸ ਵਟਸਐਪ ਨੰਬਰ 'ਤੇ ਪੁੱਛ ਸਕਦੇ ਹੋ। ਇੱਕ ਸਪੈਸ਼ਲ ਪੰਜਾਬੀ ਦਾ ਗਰੁੱਪ ਬਣਿਆ ਟੈਲੀਗ੍ਰਾਮ 'ਤੇ, ਜੇ ਉਹਦੇ 'ਚ ਜੁਆਇਨ ਹੋਣਾ ਤਾਂ ਇਸ ਨੰਬਰ 'ਤੇ ਤੁਸੀਂ ਮੈਸੇਜ ਕਰਕੇ ਵਟਸਐਪ ਉਸ ਦਾ ਲਿੰਕ ਮੰਗ ਸਕਦੇ ਹੋ, ਉਹ ਤੁਹਾਨੂੰ ਲਿੰਕ ਭੇਜ ਦਿੱਤਾ ਜਾਵੇਗਾ, ਤੁਸੀਂ ਐਡ ਹੋ ਸਕਦੇ ਹੋ, ਉੱਥੇ ਵੀ ਆਪਣਾ ਕੋਈ ਡਾਊਟ ਸ਼ੇਅਰ ਕਰ ਸਕਦੇ ਹੋ ਜੀ। ਠੀਕ ਹੈ ਜੀ,
ਸੋ ਮਿਲਦੇ ਹਾਂ ਜੀ ਸਵੇਰ ਦੇ ਅਗਲੇ ਪ੍ਰਸ਼ਨਾਂ ਦੇ ਨਾਲ। ਸੋ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਿਆਰੇ ਵਿਦਿਆਰਥੀਆਂ ਦਾ, ਧੰਨਵਾਦ ਜੀ।